पंजाब के संगरूर में जहरीली शराब के सेवन से हुई 22 मौतों के बाद पुलिस और आबकारी विभाग अलर्ट पर है आज यानी रविवार की तड़के जालंधर देहात पुलिस और जालंधर एक साइज विभाग की टीमों ने सतलुज दरिया से सटे मेहतपुर के एरिया में बारिश के बीच छापेमारी की श्री गौरव यादव डीजीपी जी पंजाब चलाई जा रही नशा विरोधी मुहिम के तहत आज ਸ਼ਿਰੀ ਅੰਕਰ ਗੁਰਤਾ ਜੀ ਐਸਐਸਪੀ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸ਼ਾਹਕੋਟ ਸਬਡਿਵੀਜ਼ਨ ਵਿੱਚ ਸਰਚ ਕੀਤੀ ਗਈ ਇਹ ਸਰਚ ਥਾਣਾ ਮਹਿਤਪੁਰ ਦੇ ਪਿੰਡ ਵੇਰਾ ਤੇ ਧਰਮਿੰਦਰ ਛੰਨਾ ਬੁੱਟੇ ਦੇ ਛੰਨਾ ਦੇ ਵਿੱਚ ਕੀਤੀ ਗਈ ਵੇਰਾ ਦੇ ਲਾਗੇ ਸਤ루ਜ ਦਰਿਆ ਦੇ ਨਾਲ ਨਾਲ ਐਕਸਾਈਜ਼ ਟੀਮ ਵੀ ਨਾਲ ਸੀ ਉਤੋਂ ਕਰੀਬ 4.5 ਲੱਖ ਲੀਟਰ ਲਾਹਨ ਬਰਾਮਦ ਕੀਤੀ ਗਈ 3 ਲੋਹੇ ਦੇ ਡਰਮ ਤੇ 60 ਲੋਹੇ ਦੇ ਪਾਈਪ ਵੀ ਬਰਾਮਦ ਕੀਤੇ ਗਏ ਜੋ ਲਾਨ ਹੈ ਉਸ ਦੀ ਕੀਮਤ ਕਰੀਬ 2 ਕਰੋੜ 70 ਲੱਖ ਰੁਪਏ ਬਣਦੀ ਹੈ ਜੋ ਐਕਸਾਈਜ਼ ਦੀ ਟੀਮ ਇੱਕ ਐਕਸਾਈਜ਼ ਅਫਸਰ ਸाहिल ਗੁਪਤਾ ਜੀ ਨੇ ਮੌਕੇ ਤੇ ਹੀ ਨਸ਼ਟ ਕਰਤੀ ਗਈ ਲਾਨ ਤੇ ਇਸ ਇਸ ਤੋਂ ਇਲਾਵਾ ਇੱਕ ਪਿੰਡ ਉਮਰੇਵਾਲ ਤੋਂ ਗੁਰਚਰਨ ਸਿੰਘ ਸਨੋ ਸੂਰਤ ਸਿੰਘ ਉਹਨਾਂ ਵੱਸੋਂ 8 ਕਿਲੋ 100 ਗ੍ਰਾਮ ਡੋਡੇ ਵੀ ਬਰਾਮਦ ਕੀਤੇ ਗਏ ਜੇ ਨਾਲ ਤੇ ਮੁਕੱਦਮਾ ਨੰਬਰ 23 ਥਾਣਾ ਮਹਿਤਪੁਰ ਦਰਜੇਸ਼ ਨ ਕੀਤਾ ਗਿਆ ਤਫਤੀਸ਼ ਜਾਰੀ ਹੈ ਜਲੰਧਰ ਸੇ ਪਰਮਜੀਤ ਸਿੰਘ ਕੀ ਰਿਪੋਰਟ ਕੈਮਰਮੈਨ ਯੁਗਮਾਰਗ ਟੀਵੀ